लेटेस्ट अपडेट सब तो पहला देखने लई सब्सक्राइब करो चैनल पंजाब ते प्रेस करो बेल आइकन। नजायज प्रेम संबंधा दे चलते एक होर परिवार तबाह हो गया। मामला कोटकपुरा दे पिंड वांदर जटाणा दा है, जिथे पत्नी वालों अपने प्रेमी नाल मिलके पहला पति नूं शराब दे नशे च घर तो बाहर ले जाके कतल कर दिता गया, फिर बाद विच उस दी लाश नूं रेलवे ट्रैक ते सुट के अग लगा दिती गई। दस्सदे कि इस घटना तो बाद पूरे पिंड विच सहम दा माहौल बनिया होया। उथे इस मामले बारे मृतक सुखदेव सिंह दे भरा ने जानकारी दिंदे हुए दसे के उन्हां दे भरा दी मौत दी खबर उन्हां नूं राती 12 बजे मिली, ते नाल ही उन्हां ने ए भी दसे के उन्हां दे भरा दी पिंड विच किसी नाल भी कोई दुश्मनी नहीं है। उथे उन्हां कातलां नूं छेती तो छेती काबू कर सख्त कारवाई करन दी मंग भी कीती है। 12:30 बजे असीं आ के देखिया भालदे भालदियां नहीं, मतलब सानूं इस थां दे उत्ते मिलिया, मतलब रेलवे लाइन दे विच लाश पाई पई है। ਅਸੀਂ ਤੜਕੇ ਆ ਕੇ ਦੇਖਦੇ ਹਾਂ ਉਹਨੂੰ, ਮਤਲਬ ਵੀ ਮਹਿਕਮੇ ਵਾਲੇ ਬੰਦੇ ਰਾਤ ਨੂੰ ਆਏ 2 ਵਜੇ, ਉਹ ਉਹਨਾਂ ਨੇ ਆਪਦੀ ਕਾਨੂੰਨੀ ਕਾਰਵਾਈ ਕਰਕੇ ਲਿਖਤ ਪੜਤ ਕਰਕੇ 2 ਵਜੇ ਲੈ ਗਏ। ਸੁਬਹਾ ਆ ਕੇ ਦੇਖਿਆ ਤਾਂ ਜੀ ਮਤਲਬ ਵੀ ਖੂਨ ਉਹਦਾ ਪਾਸੇ ਕਤਲ ਕਰਕੇ ਰੇਲਵੇ ਲਾਈਨ ਦੇ ਵਿੱਚ ਪਾਇਆ ਗਿਆ। ਤੁਹਾਨੂੰ ਕੀ ਸ਼ੱਕ ਲੱਗਦਾ ਵੀ ਇਹ ਕਤਲ ਕੀਤਾ ਗਿਆ? ਇਹ ਹਾਂ ਜੀ ਪੱਕਾ ਕਤਲ ਕੀਤਾ ਗਿਆ ਜੀ। ਅਤੇ ਸਾਡੀ ਕੋਈ ਪਿੰਡ ਦੇ ਵਿੱਚ ਲਾਗ ਡਾਟ ਹੈ ਨਹੀਂ ਜੀ ਇਸ ਚੀਜ਼ ਦਾ, ਮਤਲਬ ਸਾਡੇ ਭਾਈ ਸਾਹਿਬ ਦਾ ਪੂਰੀ ਖੋਜ ਕੀਤੀ ਜਾਵੇ ਵੀ ਇਹ ਕਿਸ ਨੇ ਕਿਉਂ ਕੀਤਾ। ਫਿਲਹਾਲ ਪੁਲਿਸ ਨੇ ਤੁਹਾਨੂੰ ਇਹਦੇ ਬਾਰੇ ਕੀ ਦੱਸਿਆ? ਕੀ ਕਹਿੰਦੇ ਪੁਲਿਸ ਤੱਕ? ਨਹੀਂ ਕੁਛ ਨਹੀਂ ਦੱਸਿਆ ਜੀ, ਉਹ ਆਪਦਾ ਕਰੀ ਜਾਂਦੇ ਪੂਰਨ ਛਾਣ, ਵੇਖੀ ਜਾਂਦੇ ਵੀ ਕੀ ਹੋਇਆ। ਇਹ ਵਿਆਹੀ ਹੋਈ ਸੀ? ਹਾਂਜੀ। ਕਿੰਨੇ ਬੱਚੇ ਇਹਨਾਂ ਦੇ? ਇੱਕ ਗੁੱਡੀ ਹੈ, 2 ਮੁੰਡੇ। ਅਤੇ ਇਹਨਾਂ ਦੇ ਕੱਲ੍ਹ ਜਦੋਂ ਕੱਲ੍ਹ ਕਿੰਨੇ ਵਜੇ ਦਾ ਟਾਈਮ ਸੀਗਾ ਜਦੋਂ ਤੁਹਾਨੂੰ ਪਤਾ ਲੱਗਿਆ ਇਹਨਾਂ ਦੀ ਡੈਥ ਹੋ ਚੁੱਕੀ ਹੈ? ਨਹੀਂ ਇਹ ਰਾਤ ਨੂੰ ਸਾਨੂੰ 12:30 ਵਜੇ ਪਤਾ ਲੱਗਾ ਜੀ ਘਰੋਂ, ਇਹ 7:30 ਘਰੋਂ ਨਿਕਲੇ ਆ, ਉਸ ਤੋਂ ਬਾਅਦ ਨਹੀਂ ਪਤਾ ਲੱਗਾ ਵੀ ਕੀ ਇਹਦੇ ਨਾਲ ਕਹਾਣੀ ਹੋ ਰਹੀ ਹੈ, ਕੀ ਕਿੱਥੇ ਹੈਗਾ। ਅਸੀਂ ਲੱਭਦੇ ਲੱਭਦੇ ਭਾਲਦੇ ਭਾਲਦੇ ਆਏ ਹਾਂ ਤਾਂ ਸਾਨੂੰ 12:30-1 ਵਜੇ ਦੇ ਕਰੀਬ ਲਾਸ਼ ਮਿਲੀ। ਅਤੇ ਤੁਹਾਨੂੰ ਹੁਣ ਤੁਸੀਂ ਤੁਹਾਡੀ ਕੀ ਮੰਗ ਕੀ ਹੋਣਾ ਚਾਹੀਦਾ? ਅਸੀਂ ਤਾਂ ਇਹੀ ਕਹਿੰਦੇ ਜੀ ਇਨਸਾਫ਼ ਹੋਣਾ ਚਾਹੀਦਾ ਵਾ ਸਾਡੇ ਬੰਦੇ ਦਾ, ਮਤਲਬ ਭਰਾ ਵੀ ਇਹਦੇ ਇੱਛਾ ਪਹੁੰਚਾਣ ਕੀਤੀ ਜਾਏ ਵੀ ਕਿਸ ਨੇ ਕੀਤੀ ਹੈ, ਕਿਉਂ ਕੀਤੀ, ਕੋਈ ਵੀ ਬੰਦਾ ਉਹਨੂੰ ਉਹਦੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਏ। ਉੱਥੇ ਇਸ ਮਾਮਲੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਦੋਸ਼ੀ ਫਰਾਰ ਦੱਸੇ ਜਾ ਰਹੇ ਨੇ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। SHO ਸਦਰ ਕੋਟਕਪੂਰਾ ਪਾਸ ਵੀਰਾ ਸਿੰਘ ਮੈਂਬਰ ਪੰਚਾਇਤ ਵਾਸੀ ਵਾਂਦਰ ਜਟਾਣਾ ਨੇ ਆਪਣਾ ਬਿਆਨ ਲਿਖਾਇਆ ਕਿ ਉਸ ਦੇ ਭਾਈ ਸੁਖਦੇਵ ਸਿੰਘ ਨੂੰ ਉਸ ਦੀ ਭਰਜਾਈ ਜਸਬੀਰ ਕੌਰ ਉਰਫ ਕਰਮਜੀਤ ਕੌਰ ਨੇ ਆਪਣੇ ਦੋਸਤ ਹਰਮਨ ਸਿੰਘ ਵਾਸੀ ਬਰੀਵਾਲਾ ਮੰਡੀ ਨਾਲ ਮਿਲ ਕੇ ਕਤਲ ਕਰਕੇ ਉਸ ਦੀ ਲਾਸ਼ ਰੇਲਵੇ ਟਰੈਕ 'ਤੇ ਸਿੱਟ ਦਿੱਤੀ ਅਤੇ ਉਸ ਤੋਂ ਬਾਅਦ ਉਸ ਦੀ ਪਛਾਣ ਮਿਟਾਉਣ ਦੀ ਖਾਤਰ ਉਹਨੂੰ ਪੈਟਰੋਲ ਸਿੱਟ ਕੇ ਅੱਗ ਲਗਾ ਦਿੱਤੀ। ਇਹਦੇ ਮਗਰ ਵਜ੍ਹਾ ਰੰਜਿਸ਼ ਇਹ ਸੀਗੀ ਕਿ ਸੁਖਦੇਵ ਸਿੰਘ ਦੀ ਪਤਨੀ ਜਸਬੀਰ ਕੌਰ ਦੇ ਹਰਮਨ ਸਿੰਘ ਦੇ ਨਾਲ ਨਜਾਇਜ਼ ਸੰਬੰਧ ਸੀਗੇ, ਜਿਸ ਕਰਕੇ ਸੁਖਦੇਵ ਸਿੰਘ ਉਹਨਾਂ ਨੂੰ ਇਸ ਕੰਮ ਤੋਂ ਰੋਕਦਾ ਸੀ, ਇਸੇ ਕਰਕੇ ਉਸ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਦੀ ਖਾਤਰ ਹਰਮਨ ਸਿੰਘ ਅਤੇ ਜਸਬੀਰ ਕੌਰ ਨੇ ਮਿਲ ਕੇ ਸੁਖਦੇਵ ਸਿੰਘ ਦਾ ਕਤਲ ਕਰ ਦਿੱਤਾ। ਜੇ ਗੱਲ ਕਰ ਲਈਏ ਆਪਾਂ ਪ੍ਰੇਮ ਸੰਬੰਧਾਂ ਦੀ, ਤਾਂ ਇਹ ਪ੍ਰੇਮ ਸੰਬੰਧ ਜਿਹੜੇ ਹੈਗੇ ਇਹ ਕਿੰਨੇ ਕੁ ਪੁਰਾਣੇ ਸੀ, ਇਸ ਚੀਜ਼ ਦਾ ਕੁਛ ਪਤਾ ਲੱਗਿਆ ਕੁਛ? ਇਹਦੇ ਸੰਬੰਧੀ ਹਾਲੀ ਤਫਤੀਸ਼ ਕਰ ਰਹੇ ਹਾਂ, ਤਫਤੀਸ਼ ਤੋਂ ਬੜਾ ਕੁਛ ਅੱਗੇ ਹੋਰ ਗੱਲਾਂ ਜਿਹੜੀਆਂ ਜਾਂਚ ਦਾ ਵਿਸ਼ਾ ਹੈ ਉਹ ਬਾਅਦ ਵਿੱਚ ਐਕਸਪਲੇਨ ਕੀਤੀਆਂ ਜਾਣ। ਜਿਹੜਾ ਇਹ ਕਤਲ ਕੀਤਾ ਗਿਆ, ਕਤਲ ਕਰਨ ਤੋਂ ਪਹਿਲਾਂ ਇਹਨਾਂ ਨੇ ਕਿਸ ਤਰ੍ਹਾਂ ਦੀ ਪਲਾਨਿੰਗ ਬਣਾਈ ਹੈ, ਉਹਨੂੰ ਮਤਲਬ ਕਿ ਕੋਈ ਡਰਿੰਕ ਪਿਆਈ ਹੈ ਜਾਂ ਕਿਸ ਤਰ੍ਹਾਂ, ਉਹਦੇ ਬਾਰੇ ਥੋੜ੍ਹਾ ਸਾਨੂੰ ਦੱਸਿਓ ਪਲੀਜ਼। ਵੀਰਾ ਸਿੰਘ ਮਦਈ ਦੇ ਮੁਤਾਬਕ ਉਸ ਦੇ ਭਰਾ ਨੂੰ ਕੱਲ੍ਹ ਉਹ ਸ਼ਰਾਬੀ ਸੀਗਾ, ਸ਼ਰਾਬੀ ਹਾਲਤ ਵਿੱਚ ਸੈਰ ਕਰਨ ਦੇ ਬਹਾਨੇ ਉਸ ਦੀ ਪਤਨੀ ਉਹਨੂੰ ਨਾਲ ਲੈ ਕੇ ਗਈ ਸੀ, ਉੱਥੇ ਜਾ ਕੇ ਰੇਲਵੇ ਟਰੈਕ 'ਤੇ ਉਹਦਾ ਖੇਤਾਂ ਦੇ ਵਿੱਚ ਕਤਲ ਕਰ ਦਿੱਤਾ। ਇਹ ਕੁਛ ਸਾਹਮਣੇ ਆਇਆ ਵੀ ਉਹ ਕਤਲ ਫਸਟ ਉਹਦੇ ਜਿਹੜਾ ਹੈਗਾ ਉਹਦੀ ਬੋਡੀ ਨੂੰ ਕੀ ਉਹਦੀ ਬੋਡੀ 'ਤੇ ਮਾਰਿਆ ਗਿਆ ਜੀ? ਉਸ ਦੀ ਬੋਡੀ 'ਤੇ ਰਾਡ ਦੇ ਨਾਲ ਜਿਹੜਾ ਵਾਰ ਕਰਕੇ ਅਤੇ ਉਹਨੂੰ ਆ ਕਤਲ ਕੀਤਾ ਗਿਆ। ਰਾਡ ਦੇ ਨਾਲ ਕਤਲ ਕਰਨ ਤੋਂ ਬਾਅਦ ਫਿਰ ਉਹਨੂੰ ਟਰੈਕ 'ਤੇ ਸਿੱਟਿਆ ਗਿਆ ਜੀ? ਕਤਲ ਕਰਨ ਤੋਂ ਬਾਅਦ ਉਸ ਦੀ ਡੈੱਡ ਬੋਡੀ ਨੂੰ ਚੱਕ ਕੇ ਰੇਲਵੇ ਟਰੈਕ ਦੇ ਵਿੱਚ ਸਿੱਟ ਕੇ ਉਸ ਤੋਂ ਬਾਅਦ ਪੈਟਰੋਲ ਛਿੜਕ ਕੇ ਅਤੇ ਉਹਨੂੰ ਅੱਗ ਲਾ ਦਿੱਤੀ ਗਈ ਸੀ। ਇਹਦੇ ਵਿੱਚ ਹੁਣ ਫਿਲਹਾਲ ਜਿਹੜਾ ਦੋਸ਼ੀ ਹੈ ਕੋਈ ਕਿਸੇ ਦੀ ਅਰੈਸਟ ਪਈ ਹੈ ਜਾਂ ਨਹੀਂ ਜੀ? ਹਜੇ ਨਹੀਂ, ਹਾਲੀ ਕਿਸੇ ਦੋਸ਼ੀ ਦੀ ਅਰੈਸਟ ਨਹੀਂ। ਅਸੀਂ ਬਹੁਤ ਜਲਦੀ ਇਹਨਾਂ ਨੂੰ
ਗ੍ਰਿਫਤਾਰ ਕਰਕੇ ਤੇ ਤਫਤੀਸ਼ ਮੁਕੰਮਲ ਕਰਾਂਗੇ। ਦੱਸਦੇ ਕਿ ਨਾਜਾਇਜ਼ ਸੰਬੰਧਾਂ ਦੇ ਚੱਲਦੇ ਲੋਕ ਇਸ ਕਦਰ ਅੰਨੇ ਹੋ ਜਾਂਦੇ ਹਨ ਕਿ ਉਹ ਕਿਸੇ ਦਾ ਵੀ ਕਤਲ ਕਰਨ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰਦੇ। ਕੋਟਕਪੁਰਾ ਤੋਂ ਸੁਨੀਲ ਜਿੰਦਲ ਦੀ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। It's cool to be Punjabi.